ਮਾਨਯੋਗ ਸੀਐਮ ਸਾਹਿਬ ਦੇ ਹੁਕਮਾਂ ਦੇ ਉੱਤੇ ਸਪੈਸ਼ਲ ਕੈਂਪੇਨ ਚਲਾਇਆ ਗਿਆ ਸੀ ਡਰੱਗਸ ਦੇ ਖਿਲਾਫ ਜਿਹੜਾ ਕਿ 5/7/2022 ਨੂੰ ਸ਼ੁਰੂ ਕੀਤਾ ਸੀਗਾ ਸੋ ਪਹਿਲਾਂ ਤਾਂ ਮੈਂ ਇੱਕ ਸਾਲ ਜਿਹੜਾ ਸੀ 5/7/2023 ਨੂੰ ਪੂਰਾ ਹੋ ਗਿਆ ਉਸ ਕੈਂਪੇਨ ਨੂੰ ਸੋ ਇੱਕ ਸਾਲ ਦੇ ਵਿੱਚ ਪੰਜਾਬ ਪੁਲਿਸ ਨੇ ਕਾਫੀ ਉਪਲਬਧੀਆਂ ਕੀਤੀਆਂ ਡਰੱਗਸ ਫਰੰਟ ਦੇ ਉੱਤੇ ਸੋ ਕੁਝ ਰਿਕਵਰੀਜ਼ ਮੈਂ ਪਹਿਲਾਂ ਦੱਸਣੀਆਂ ਚਾਹਾਂਗਾ ਕਿ ਜਿਹੜੀਆਂ ਇਸ ਸਮੇਂ ਦੇ ਦੌਰਾਨ ਇਸ ਪੂਰੇ ਇੱਕ ਸਾਲ ਦੇ ਦੌਰਾਨ ਟੋਟਲ 12,218 FIR ਦਰਜ ਹੋਈਆਂ ਜਿਹਦੇ 'ਚ 16,360 ਜਿਹੜੇ ਦੋਸ਼ੀ ਨੇ ਉਹ ਗ੍ਰਿਫਤਾਰ ਕੀਤੇ ਗਏ ਆ ਕਮਰਸ਼ੀਅਲ ਕੁਆਂਟਿਟੀ ਦੀਆਂ ਜਿਹੜੀਆਂ FIR ਨੇ 1458 FIR ਦਰਜ ਹੋਈਆਂ ਔਰ ਵੱਡੇ ਸਮਗਲਰ ਜਿਹੜੇ ਅਰੈਸਟ ਕੀਤੇ ਗਏ ਨੇ 2351 ਵੱਡੇ ਸਮਗਲਰ ਜਿਹੜੇ ਨੇ ਅਰੈਸਟ ਕੀਤੇ ਗਏ ਇਸ ਸਮੇਂ ਦੇ ਦੌਰਾਨ ਮੀਡੀਅਮ ਕੁਆਂਟਿਟੀ ਦੀਆਂ 9216 FIR ਦਰਜ ਹੋਈਆਂ ਸਮਾਲ ਕੁਆਂਟਿਟੀ ਦੀਆਂ 1540 FIR ਦਰਜ ਹੋਈਆਂ ਔਰ ਕਮਰਸ਼ੀਅਲ ਕੁਆਂਟਿਟੀ ਦੀ ਜਦੋਂ ਆਪਾਂ ਗੱਲ ਕਰੀਏ ਤਾਂ ਸਭ ਤੋਂ ਵੱਧ FIR ਪਟਿਆਲਾ ਜ਼ਿਲ੍ਹੇ ਦੇ ਵਿੱਚ 114 ਦਰਜ ਹੋਈਆਂ 96 FIR ਹੁਸ਼ਿਆਰਪੁਰ ਦੇ ਵਿੱਚ ਅਤੇ 96 FIR ਜਿਹੜੀਆਂ ਨੇ STF ਪੁਲਿਸ ਸਟੇਸ਼ਨ ਜਿਹੜਾ SAH ਨਗਰ ਦੇ ਵਿੱਚ ਉੱਥੇ ਦਰਜ ਕੀਤੀਆਂ ਗਈਆਂ ਟੋਟਲ ਨੰਬਰ ਆਫ FIR ਦੇ ਵਿੱਚ ਸਭ ਤੋਂ ਵੱਧ ਫਿਰੋਜ਼ਪੁਰ 'ਚ ਦਰਜ ਹੋਈਆਂ 795 FIR ਫਿਰ 733 FIR ਪਟਿਆਲਾ 'ਚ ਦਰਜ ਹੋਈਆਂ ਅਤੇ 680 FIR ਜਿਹੜੀਆਂ ਨੇ ਉਹ ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ ਦਰਜ ਹੋਈਆਂ ਕਾਫੀ ਵੱਡੀ ਮਾਤਰਾ ਦੇ ਵਿੱਚ ਡਰੱਗਸ ਦੀ ਰਿਕਵਰੀ ਹੋਈ ਇਸ ਪੀਰੀਅਡ ਦੇ ਦੌਰਾਨ ਜਿਹਦੇ ਵਿੱਚ ਹੈਰੋਇਨ ਜਿਹੜੀ ਆ ਟੋਟਲ 1220 ਕਿਲੋ ਹੈਰੋਇਨ ਜਿਹੜੀ ਆ ਉਹ ਜ਼ਬਤ ਕੀਤੀ ਗਈ ਆ ਜਿਹਦੇ ਵਿੱਚੋਂ 147 ਕਿਲੋ ਜਿਹੜੀ ਸੀ ਉਹ ਦੂਸਰੀਆਂ ਸਟੇਟਸ ਤੋਂ ਪੰਜਾਬ ਪੁਲਿਸ ਦੀ ਐਕਟਿਵ ਇਨਫੋਰਸਮੈਂਟ ਦੇ ਨਾਲ ਅਤੇ 1073 ਕਿਲੋ ਦੇ ਕਰੀਬ ਜਿਹੜੀ ਆ ਉਹ ਪੰਜਾਬ ਦੇ ਅੰਦਰੋਂ ਰਿਕਵਰ ਕੀਤੀ ਗਈ ਆ 797 ਕਿਲੋਗ੍ਰਾਮ OPM ਰਿਕਵਰ ਕੀਤੀ ਆ 375 ਕੁਇੰਟਲ ਪੌਪੀ ਹਸਕ ਰਿਕਵਰ ਕੀਤੀ ਹੈ 45 ਕਿਲੋ ਚਰਸ 902 ਕਿਲੋ ਗਾਂਜਾ ਅਤੇ 65,49,399 ਜਿਹੜੀਆਂ ਨੇ ਉਹ ਇੰਜੈਕਸ਼ਨਸ ਟੈਬਲੇਟਸ ਅਤੇ ਅਲੱਗ ਅਲੱਗ ਯੂਨਿਟਸ ਜਿਹੜੇ ਆ ਉਹ ਇਸ ਸਮੇਂ ਦੇ ਦੌਰਾਨ ਜ਼ਬਤ ਕੀਤੇ ਗਏ ਆ ਵੱਡੀ ਮਾਤਰਾ ਦੇ ਵਿੱਚ ਡਰੱਗ ਮਨੀ ਰਿਕਵਰ ਕੀਤੀ ਹੈ ਜਿਹਦੇ 'ਚ 12,33,00,000 ਜਿਹੜਾ ਰੁਪਇਆ ਵਾ ਡਰੱਗ ਮਨੀ ਜਿਹੜੀ ਹੈ ਰਿਕਵਰ ਕੀਤੀ ਹੈ ਜਿਹੜੇ ਵਹੀਕਲ ਇਨਵੋਲਵ ਸੀਗੇ 3261 ਵਹੀਕਲ ਕਨਫਿਸਕੇਟ ਕੀਤੇ ਗਏ ਆ ਔਰ ਇਸ ਸਮੇਂ ਦੇ ਦੌਰਾਨ 954 ਜਿਹੜੇ ਪ੍ਰੋਕਲੇਮਡ ਅਫੈਂਡਰ ਨੇ NDPS ਐਕਟ ਦੇ ਉਹ ਅਰੈਸਟ ਕੀਤੇ ਗਏ ਆ ਕਿਉਂਕਿ ਇੱਕ ਸਪੈਸ਼ਲ ਕੈਂਪੇਨ ਪ੍ਰੋਕਲੇਮਡ ਅਫੈਂਡਰਸ ਦੇ ਖਿਲਾਫ ਵੀ ਚਲਾਇਆ ਗਿਆ ਸੀ ਇਸ ਸਮੇਂ ਦੇ ਦੌਰਾਨ ਇਸੇ ਤਰ੍ਹਾਂ ਜਿਹੜੀਆਂ ਪਿਛਲੇ ਹਫ਼ਤੇ ਦੀਆਂ ਜਿਹੜੀਆਂ ਅਚੀਵਮੈਂਟਸ ਆ ਉਹ ਵੀ ਦੱਸਣਾ ਚਾਹਾਂਗਾ ਮੈਂ ਪਿਛਲੇ ਹਫ਼ਤੇ ਦੇ ਵਿੱਚ 205 FIR ਦਰਜ ਕੀਤੀਆਂ ਗਈਆਂ 297 ਅਕਿਊਜ਼ ਅਰੈਸਟ ਕੀਤੇ ਗਏ ਆ ਅਤੇ 32 ਜਿਹੜੇ ਨੇ ਕਮਰਸ਼ੀਅਲ ਕੁਆਂਟਿਟੀ ਦੇ ਕੇਸ ਰਜਿਸਟਰ ਕੀਤੇ ਗਏ ਆ ਜਿਹਦੇ 'ਚ 56 ਦੋਸ਼ੀ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਆ 5.5 ਕਿਲੋ ਹੈਰੋਇਨ ਪਿਛਲੇ ਹਫ਼ਤੇ ਫੜੀ ਗਈ ਹੈ ਇਸੇ ਤਰ੍ਹਾਂ OPM ਜਿਹੜੀ ਹੈ 11 ਕਿਲੋ OPM ਅਤੇ 10 ਹੋਰ POs ਜਿਹੜੇ ਨੇ ਅਰੈਸਟ ਕੀਤੇ ਗਏ ਆ ਸੋ ਕੁੱਲ 964 PO ਜਿਹੜੇ ਨੇ ਇਸ ਪੂਰੀ ਕੈਂਪੇਨ ਦੇ ਟਾਈਮ ਦੇ ਉੱਤੇ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਆ ਇਸੇ ਤਰ੍ਹਾਂ ਪੰਜਾਬ ਪੁਲਿਸ ਦੇ ਜਿਹੜੇ ਬਾਕੀ ਸਪੈਸ਼ਲਾਈਜ਼ਡ ਵਿੰਗਸ ਨੇ ਉਹਨਾਂ ਨੇ ਵੀ ਇਸ ਸਮੇਂ ਦੇ ਦੌਰਾਨ ਕਾਫੀ ਉਪਲਬਧੀਆਂ ਜਿਹੜੀਆਂ ਪ੍ਰਾਪਤ ਕੀਤੀਆਂ ਜਿਹਦੇ 'ਚ ਜਿਹੜੀ AGTF ਜਿਹਦਾ ਸਪੈਸ਼ਲੀ ਗਠਨ ਕੀਤਾ ਗਿਆ ਸੀਗਾ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਉਹਨਾਂ ਨੇ ਟੋਟਲ ਜਿਹੜੇ ਨੇ ਗੈਂਗਸਟਰ ਜਿਹੜੇ ਇਸ ਸਮੇਂ ਦੇ ਦੌਰਾਨ ਅਰੈਸਟ ਕੀਤੇ ਆ ਜਾਂ ਥਰੂ ਡਿਸਟ੍ਰਿਕਟ ਪੁਲਿਸ ਅਰੈਸਟ ਕੀਤੇ ਆ ਉਹ 688 ਗੈਂਗਸਟਰ ਅਰੈਸਟ ਕੀਤੇ ਆ ਔਰ 5 ਜਿਹੜੇ ਨੇ ਹਾਰਡਕੋਰ ਕ੍ਰਿਮੀਨਲਸ ਜਿਹੜੇ ਨਿਊਟਰਲਾਈਜ਼ ਕੀਤੇ ਗਏ ਆ ਇਸੇ ਤਰ੍ਹਾਂ ਜਿਹੜੇ ਮੋਡਿਊਲਸ ਬਸਟ ਕੀਤੇ 208 ਗੈਂਗਸਟਰਸ ਦੇ ਮੋਡਿਊਲਸ ਬਸਟ ਕੀਤੇ ਗਏ ਆ ਔਰ 667 ਵੈਪਨਸ ਅਲੱਗ ਅਲੱਗ ਤਰ੍ਹਾਂ ਦੇ ਰਿਕਵਰ ਕੀਤੇ ਆ 157 ਜਿਹੜੇ ਨੇ ਵਹੀਕਲ ਜਿਹੜੇ ਕਿ ਇਲੀਗਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਸੀਗੇ ਵਹੀਕਲਸ ਰਿਕਵਰ ਕੀਤੇ ਆ ਇਸੇ ਤਰ੍ਹਾਂ AGTF ਨੇ ਵੀ ਆਪਣੇ ਕੰਟਰੀਬਿਊਸ਼ਨ ਦੇ ਨਾਲ 45 ਕਿਲੋ ਜਿਹੜੀ ਆ ਹੈਰੋਇਨ ਰਿਕਵਰ ਕੀਤੀ ਆ ਸਿਮੀਲਰਲੀ ਜਿਹੜਾ ਸਾਡਾ ਇੰਟਰਨਲ ਸਿਕਿਉਰਿਟੀ ਵਿੰਗ ਆ ਉਹਨਾਂ ਨੇ ਐਂਟੀ ਟੈਰੋਰਿਜ਼ਮ ਫਰੰਟ ਦੇ ਉੱਤੇ ਵੀ ਕਾਫੀ ਕੰਮ ਕੀਤਾ ਪਿਛਲੇ ਸਮੇਂ ਦੇ ਦੌਰਾਨ ਜਿਹਦੇ 'ਚ 18 ਜਿਹੜੇ ਨੇ ਟੈਰੋਰਿਸਟ ਮੋਡਿਊਲਸ ਬਸਟ ਕੀਤੇ ਗਏ ਆ ਔਰ 143 ਟੈਰੋਰਿਸਟ ਉਲੀਕ ਰੈਡੀਕਲਸ ਜਿਹੜੇ ਹਾਰਡਕੋਰ ਸੀਗੇ ਜਿਹੜੇ ਕਿ ਇਲੀਗਲ ਐਕਟੀਵਿਟੀਜ਼ ਦੇ ਇਨਵੋਲਵ ਸੀਗੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਗਿਆ ਔਰ ਕਾਫੀ ਵੱਡੀ ਮਾਤਰਾ ਦੇ ਵਿੱਚ ਵੈਪਨਸ ਜਿਹਦੇ 'ਚ 31 ਰਾਈਫਲਸ 209 ਪਿਸਟਲਸ 5 ਟਿਫਨ IDs ਅਤੇ 6.78 KG ਜਿਹੜਾ ਨਾ RDX ਉਹ ਰਿਕਵਰ ਕੀਤਾ ਗਿਆ ਡਰੋਨਸ ਜਿਹੜੇ ਨੇ ਕਨਫਿਸਕੇਟ ਕੀਤੇ ਗਏ ਨੇ 51 ਡਰੋਨਸ ਉਹ BSF ਦੇ ਨਾਲ ਮਦਦ ਦੇ ਨਾਲ ਪੰਜਾਬ ਪੁਲਿਸ ਨੇ ਬਾਰਡਰ ਏਰੀਆ ਦੇ ਵਿੱਚ 51 ਜਿਹੜੇ ਡਰੋਨ ਨੇ ਉਹ ਕਨਫਿਸਕੇਟ ਕੀਤੇ ਆ ਸਿਮੀਲਰਲੀ
ਡਰੱਗਸ ਦੇ ਉੱਤੇ ਹੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਕਾਫੀ ਆਪਾਂ ਇੱਕ ਕੈਂਪੇਨ ਚਲਾਈ ਸੀਗੀ ਕਿ ਜਿਹੜੇ ਵੱਡੇ ਸਮਗਲਰਸ ਆ ਉਹਨਾਂ ਦੀਆਂ ਪ੍ਰੋਪਰਟੀਜ਼ ਜ਼ਬਤ ਕੀਤੀਆਂ ਜਾਣ। ਸੋ ਇਸ ਸਮੇਂ ਦੇ ਦੌਰਾਨ ਕਾਫੀ ਵੱਡੀ ਮਾਤਰਾ ਦੇ ਵਿੱਚ ਕੰਮ ਹੋਇਆ। ਟੋਟਲ ਜਿਹੜੇ ਕੇਸਿਸ ਨੇ 66 ਐਸੇ ਕੇਸਿਸ ਆ ਜਿਹਦੇ ਵਿੱਚ ਸਮਗਲਰਸ ਦੀ ਪ੍ਰੋਪਰਟੀ ਫੋਰਫਿਟ ਕੀਤੀ ਗਈ ਹੈ। ਸੋ ਟੋਟਲ ਜਿਹੜੀ ਪ੍ਰੋਪਰਟੀ ਫੋਰਫਿਟ ਕੀਤੀ ਗਈ ਹੈ ਉਹ 26,72,00,000 ਦੀ ਪ੍ਰੋਪਰਟੀ ਫੋਰਫਿਟ ਕੀਤੀ ਹੈ, ਜਿਹਦੇ ਵਿੱਚ ਸਭ ਤੋਂ ਵੱਧ ਬਰਨਾਲਾ ਜ਼ਿਲ੍ਹੇ ਦੇ ਵਿੱਚ 13 ਕੇਸਿਸ ਦੇ ਵਿੱਚ ਪ੍ਰੋਪਰਟੀ ਫੋਰਫਿਚਰ ਹੋਇਆ, ਫਾਜ਼ਿਲਕਾ ਦੇ ਵਿੱਚ 9 ਕੇਸਿਸ 'ਚ ਹੋਇਆ, ਮਲੇਰਕੋਟਲਾ 'ਚ 6 ਕੇਸਿਸ 'ਚ ਹੋਇਆ, ਐਸਟੀਐਫ ਅਤੇ ਤਰਨ ਤਾਰਨ ਜ਼ਿਲ੍ਹੇ ਨੇ ਅਲੱਗ ਅਲੱਗ ਆਪਣੇ ਤੌਰ 'ਤੇ 5-5 ਕੇਸਿਸ ਦੇ ਵਿੱਚ ਜਿਹੜੀ ਆ ਪ੍ਰੋਪਰਟੀ ਫੋਰਫਿਚਰ ਕੀਤੀ ਹੈ। ਸੋ ਇਸ ਦੇ ਉੱਤੇ ਹੋਰ ਕੈਂਪੇਨ ਜਿਹੜੀ ਆ ਜਾਰੀ ਹੈ, ਕਿਉਂਕਿ NDPS ਐਕਟ ਦੇ ਵਿੱਚ ਸਪੈਸ਼ਲ ਪ੍ਰੋਵੀਜ਼ਨ ਆ ਕਿ ਜਿਹੜੇ ਵੀ ਲੋਕ ਕਮਰਸ਼ੀਅਲ ਕੁਆਂਟਿਟੀ ਦੇ ਵਿੱਚ ਇਨਵੋਲਵਡ ਨੇ ਜਾਂ ਜਿਨ੍ਹਾਂ ਨੂੰ ਕਨਵਿਕਸ਼ਨ ਹੁੰਦੀ ਆ ਉਹਨਾਂ ਦੀ ਪ੍ਰੋਪਰਟੀ ਫੋਰਫਿਚਰ ਦਾ ਕੰਪੀਟੈਂਟ ਅਥੋਰਿਟੀ ਤੋਂ ਅਪਰੂਵਲ ਲੈ ਕੇ ਪ੍ਰੋਪਰਟੀ ਫੋਰਫਿਚਰ ਦਾ ਪ੍ਰੋਵੀਜ਼ਨ ਆ ਜਿਹਦੇ ਨਾਲ ਜਿਹੜੇ ਲੋਕ ਵੱਡੇ ਸਮਗਲਰ ਡਰੱਗਸ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸੇਕ ਲੱਗਦਾ ਹੈ, ਇੱਕ ਤਰ੍ਹਾਂ ਦਾ ਲੱਕ ਤੋੜਨ ਵਾਲੀ ਗੱਲ ਸਾਬਤ ਹੁੰਦੀ ਆ। ਸੋ ਸਾਰੇ ਜ਼ਿਲ੍ਹੇ ਇਸ ਦੇ ਉੱਤੇ ਸਪੈਸ਼ਲ ਕੈਂਪੇਨ ਚਲਾ ਕੇ ਅੱਗੇ ਵੀ ਲੱਗੇ ਹੋਏ ਆ, ਔਰ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਪ੍ਰੋਪਰਟੀ ਫੋਰਫਿਚਰ ਦੇ ਜਿਹੜੇ ਮਾਮਲੇ ਉਹ ਦੇਖਣ ਨੂੰ ਮਿਲਣਗੇ ਆਪਾਂ ਨੂੰ। ਸੋ ਇਹ ਡਰੱਗਸ ਦੇ ਉੱਤੇ, ਗੈਂਗਸਟਰਸ ਦੇ ਉੱਤੇ, ਟੈਰੋਰਿਜ਼ਮ ਦੇ ਉੱਤੇ ਜਿਸ ਤਰ੍ਹਾਂ ਪੰਜਾਬ ਪੁਲਿਸ ਕੰਮ ਕਰ ਰਹੀ ਹੈ, ਇਹ ਕੈਂਪੇਨ ਮਾਨਯੋਗ CM ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਇਸੇ ਤਰ੍ਹਾਂ ਹੀ ਅਗਲੇ ਆਉਂਦੇ ਟਾਈਮ ਦੇ ਵਿੱਚ ਵੀ ਜਾਰੀ ਰਹੇਗਾ ਇਹ ਕੰਪੇਨ। ਸਰ, ਅੱਜ ਵੀ CM ਸਾਹਿਬ ਦੀ ਮੀਟਿੰਗ ਹੋਈ ਹੈ ਨਸ਼ੇ ਨੂੰ ਲੈ ਕੇ, ਕਾਫੀ ਜਿਹੜੀ ਉਪਲਬਧੀ ਹੈ, ਹੋਰ ਵੀ ਜਿਹੜਾ NDPS ਮਾਮਲੇ 'ਚ ਵੀ ਹੋਰ ਸ਼ੋਧ ਕਰਨ ਦੀ ਜਿਹੜੀ ਗੱਲ ਹੈ ਉਹ ਕੀਤੀ ਗਈ, ਡਰੋਨ ਦੀ ਤੁਸੀਂ ਗੱਲ ਕੀਤੀ ਹੈ, ਕਿਸ ਤਰ੍ਹਾਂ ਕੋਆਰਡੀਨੇਸ਼ਨ ਜਿਹੜਾ ਹੋ ਰਿਹਾ ਜਿੱਦਾਂ ਪਿਛਲੇ ਦਿਨਾਂ? ਦੇਖੋ, ਬਹੁਤ ਅੱਛਾ ਹੈ, ਜਿਸ ਤਰ੍ਹਾਂ ਮੈਂ ਦੱਸਿਆ ਬਾਕੀ ਏਜੰਸੀਜ਼ ਦੇ ਨਾਲ, BSF ਦੇ ਨਾਲ ਬੜਾ ਅੱਛਾ ਕੋਆਰਡੀਨੇਸ਼ਨ ਆ ਪੰਜਾਬ ਪੁਲਿਸ ਦਾ। ਅੱਜ ਮਾਨਯੋਗ ਗ੍ਰਹਿ ਮੰਤਰੀ ਜੀ ਦੇ ਨਾਲ ਇੱਕ ਵੀਡੀਓ ਕਾਨਫਰੰਸ ਹੋਈ ਸੀਗੀ ਮਾਨਯੋਗ CM ਸਾਹਿਬ ਦੀ ਅਤੇ ਬਾਕੀ ਆਫਿਸਰਸ ਦੀ, ਉਹਦੇ ਵਿੱਚ ਵੀ ਜਿਹੜੇ ਇਸ਼ੂਜ਼ ਪੰਜਾਬ ਨਾਲ ਰਿਲੇਟਡ ਨੇ ਉਹ ਟੇਕਅਪ ਕੀਤੇ ਗਏ, ਔਰ ਪੰਜਾਬ ਦੇ ਵਿੱਚ ਡਰੱਗਸ ਦੇ ਅਗੇਂਸਟ ਜਿਹੜੀ ਡਰਾਈਵ ਚੱਲ ਰਹੀ ਹੈ ਉਹਨੂੰ ਹੋਰ ਸਟਰੈਂਥਨ ਕੀਤਾ ਜਾਊਗਾ ਆਉਂਦੇ ਦਿਨਾਂ ਦੇ ਵਿੱਚ। ਨਹੀਂ, ਉਹ ਅਲੱਗ ਅਲੱਗ ਹੈ ਜੀ, ਦੈਟ ਇਜ਼ ਵੈਰੀ ਟੈਕਨੀਕਲ, ਉਸਮੇ ਅਭੀ ਬਹੁਤ ਸਾਰੀ ਡਿਵੈਲਪਮੈਂਟਸ ਚੱਲ ਰਹੀ ਹੈ। BSF ਵੀ ਵਰਕ ਕਰ ਰਹੀ ਹੈ, ਸਟੇਟ ਪੁਲਿਸ ਹਮਾਰੇ ਲੋਕ ਵੀ ਉਸਮੇ, ਹਮਨੇ ਵੀ ਇੱਕ ਟੀਮ ਬਣਾਈ ਹੈ, ਉਹ ਵੀ ਕਰ ਰਹੇ ਹੈ, ਔਰ ਸੈਂਟਰ ਲੈਵਲ ਪੇ ਵੀ ਇਹ ਚੱਲ ਰਿਹਾ ਹੈ। ਤੋ ਇਸਕੋ ਬੇਸਿਕਲੀ ਟੈਕਨੋਲੋਜੀ ਹੈ ਕਿ ਉਸਕੋ ਡਿਟੈਕਟ ਕੀਆ ਜਾਏ, ਔਰ ਡਿਟੈਕਟ ਕਰਨੇ ਕੇ ਬਾਅਦ ਪ੍ਰੋਪਰ ਇਨਵੈਸਟੀਗੇਸ਼ਨ ਹੋ ਫਰਦਰ ਆਗੇ। ਜੇ 51 ਕਾ ਜੋ ਇੱਕ ਸਾਲ ਮੇ ਜੋ ਇੰਟਰਨਲ ਸਿਕਿਉਰਿਟੀ ਵਿੰਗ ਨੇ, ਪੰਜਾਬ ਪੁਲਿਸ ਨੇ ਬਾਰਡਰ ਏਰੀਆ ਮੇ ਜੋ ਕਨਫਿਸਕੇਟ ਕੀਏ ਹੈ, ਵੋ 51 ਇੱਕ ਸਾਲ ਕਾ ਹੈ, ਜੁਲਾਈ ਸੇ ਲੈ ਕੇ ਅਬ ਤੱਕ ਕਾ। ਜਬ ਸੇ ਹਮਨੇ ਯੇ ਕੈਂਪੇਨ, ਯੇ ਜੋ ਸਪੈਸ਼ਲ ਕੈਂਪੇਨ ਹਮਨੇ ਸ਼ੁਰੂ ਕੀ ਥੀ, ਯੇ 5th ਜੁਲਾਈ ਸੇ ਸਟਾਰਟ ਕੀ ਥੀ, ਤੋ ਯੇ 5th ਜੁਲਾਈ ਸੇ ਲੈ ਕੇ ਅਬ ਤੱਕ ਕਾ ਆਂਕੜਾ ਹੈ, ਜੋ 51 22 ਸੇ 23 ਤੱਕ। ਨਹੀਂ, ਡਿਟੇਲਸ ਮੇਰੇ ਕੋਲ ਨਹੀਂ ਹੈਗੀਆਂ ਜੀ ਸਾਰੀਆਂ, ਬਟ ਮੇਨ ਇਸ਼ੂਜ਼ ਜਿਹੜੇ ਪੰਜਾਬ ਨਾਲ ਰਿਲੇਟਡ ਉਹ ਮੈਂ ਤੁਹਾਨੂੰ ਦੱਸ ਦਿੱਤੇ ਆ। ਜਿਹੜੇ ਇੱਕ ਤਾਂ NCB ਦਾ ਸੈਂਟਰ ਬਣਨਾ ਅੰਮ੍ਰਿਤਸਰ ਦੇ ਵਿੱਚ, ਉਹਦੇ ਲਈ ਲੈਂਡ ਆਲਰੇਡੀ ਜਿਹੜੀ ਆ ਪ੍ਰੋਵਾਈਡ ਕਰ ਦਿੱਤੀ ਗਈ ਹੈ, ਅਤੇ ਬਾਕੀ ਪ੍ਰੋਸੈਸ ਜਿਹੜਾ ਵਾ ਪਾਈਪਲਾਈਨ 'ਚ ਉਹ ਚੱਲ ਰਿਹਾ ਵਾ ਸਾਰਾ ਪ੍ਰੋਸੈਸ, ਔਰ ਜਿੱਥੇ ਜਿੱਥੇ ਬਾਰਡਰ ਏਰੀਆ ਨੂੰ ਸਟਰੈਂਥਨ ਕਰਨ ਦੀ ਗੱਲ ਆ, ਉਹ ਵੀ ਟੇਕਅਪ ਕੀਤਾ ਜਾ ਰਿਹਾ ਵਾ। ਉਹ ਅਜੇ ਕੁਛ ਪ੍ਰੋਵੀਜ਼ਨਸ ਆ, ਉਹ ਅਜੇ ਡਿਟੇਲਸ ਫਰਦਰ ਸ਼ੇਅਰ ਕਰਾਂਗੇ ਤੁਹਾਡੇ ਨਾਲ। ਜੀ ਸਰ, ਪੰਚਾਇਤ ਦੇ ਨਾਲ ਕੋਆਰਡੀਨੇਸ਼ਨ ਕਰਨ ਦੀ ਗੱਲ ਕੀਤੀ ਗਈ ਹੈ CM ਸਾਹਿਬ ਨੇ, ਜੀ ਜੀ, ਪਿੰਡਾਂ ਦੇ ਜਿਹੜਾ ਪੰਚਾਇਤ, ਉਹ ਕਿਸ ਤਰ੍ਹਾਂ ਕੋਆਰਡੀਨੇਟ ਕਰੋਗੇ, ਕੋਈ ਰਣਨੀਤੀ ਤਿਆਰ, ਕੋਈ ਰੋਡ ਮੈਪ ਤਿਆਰ ਕੀਤਾ? ਨਹੀਂ, ਉਹਦਾ ਇੱਕ ਰੋਡ ਮੈਪ ਤਿਆਰ ਕਰਾਂਗੇ। ਦੇਖੋ, ਸਾਰੇ SSPs ਨੂੰ, CPs ਨੂੰ ਇੱਕ ਹਦਾਇਤਾਂ ਸੀ ਕਿ ਕਮਿਊਨਿਟੀ ਨੂੰ ਇਨਵੋਲਵ ਕੀਤਾ ਜਾਵੇ ਡਰੱਗਸ ਦੇ ਵਿੱਚ, ਕਿਉਂਕਿ ਇਨਫੋਰਸਮੈਂਟ ਇੱਕ ਪਾਰਟ ਆ ਜਿਹੜਾ ਪੁਲਿਸ ਕਰਦੀ ਆ, ਜਿਹੜਾ ਆਪਾਂ ਜਿਹਦੀ ਆਪਾਂ ਗੱਲ ਕਰ ਰਹੇ ਇਨਫੋਰਸਮੈਂਟ ਆ, ਇਹਦੇ ਵਿੱਚ ਹੋਰ ਬਾਕੀ ਐਕਟੀਵਿਟੀਜ਼ ਦੀ ਵੀ ਜ਼ਰੂਰਤ ਆ, ਲੋਕਾਂ ਦੀ ਇਨਵੋਲਵਮੈਂਟ ਦੀ ਜ਼ਰੂਰਤ ਆ, ਅਵੇਅਰਨੈਸ ਦੀ ਜ਼ਰੂਰਤ ਆ। ਸੋ ਪੰਚਾਇਤਾਂ ਨੂੰ ਐਕਟੀਵਲੀ ਇਨਵੋਲਵ ਕੀਤਾ ਜਾਏਗਾ ਇਸ ਚੀਜ਼ ਵਿੱਚ। ਸਰ, ਤੁਸੀਂ ਇੱਕ ਸਾਲ ਹੋ ਗਿਆ ਹੈ ਤੁਸੀਂ ਚਲਾਇਆ ਹੈ, ਕਮਿਊਨਿਟੀ ਨੂੰ ਇਨਵੋਲਵ ਕਰਨ ਦੀ ਗੱਲ ਕਰ ਰਹੇ ਹੋ, ਰੀਸੈਂਟਲੀ ਕੇਸ ਮਾਨਸਾ ਤੋਂ ਸਰਫੇਸ ਹੋਇਆ ਹੈ, ਕ੍ਰੂਸੇਡਰ ਡਰੱਗ ਕ੍ਰੂਸੇਡਰ ਹੈ ਉਹ, ਰਵਿੰਦਰ ਸਿੰਘ ਝੋਟਾ, ਉਸਨੇ ਡਰੱਗ ਜਿਹੜੇ ਸੇਲ ਕਰਨ ਦੇ ਐਕਚੁਅਲੀ ਸੀਗੇ ਬੰਦੇ, ਉਹਨਾਂ ਨੂੰ ਪਕੜਿਆ ਹੈ, ਉਸ ਤੋਂ ਬਾਅਦ 'ਚ ਪੁਲਿਸ ਉਹਨੂੰ ਚੱਕ ਕੇ ਲੈ ਗਈ ਔਰ ਜੁਡੀਸ਼ੀਅਲੀ ਕਸਟਡੀ 'ਚ ਉਹਨੂੰ ਭੇਜ ਦਿੱਤਾ ਗਿਆ ਜੇਲ੍ਹ। ਮੇਰੇ ਕੋਲ ਨਹੀਂ, ਮੈਨੂੰ ਇਹਦੇ ਬਾਰੇ ਨਹੀਂ, ਇਹ ਤਾਂ ਲੋਕਲ ਪੁਲਿਸ ਜਿਹੜੀ ਆ ਜਾਂ SSP ਮਾਨਸਾ ਹੈ, ਉਹਨਾਂ ਦੇ ਕੋਲ ਜ਼ਿਆਦਾ ਡਿਟੇਲ ਹੋਏਗੀ, ਜੇ ਤੁਹਾਨੂੰ ਚਾਹੀਦੀ ਆ ਡਿਟੇਲ ਲੈ ਕੇ ਸ਼ੇਅਰ ਕਰ ਦਿੱਤੀ ਜਾਊਗੀ। ਨਹੀਂ, ਇੱਕ ਇੱਕ ਕੇਸ ਬਾਰੇ ਆਪਾਂ ਟਿੱਪਣੀ ਨਹੀਂ ਕਰ ਸਕਦੇ, ਕਿਉਂਕਿ ਜਦੋਂ ਤੱਕ ਡਿਟੇਲਸ ਪਤਾ ਨਾ ਹੋਣ ਜੀ, ਉਦੋਂ ਤੱਕ ਕਿਸੇ ਵੀ ਚੀਜ਼ ਬਾਰੇ ਟਿੱਪਣੀ ਕਰਨੀ ਇੰਪੋਸੀਬਲ ਆ। ਕਮਿਊਨਿਟੀ ਦੀ ਇਨਵੋਲਵਮੈਂਟ ਜਿਹੜੀ ਆ ਉਹ ਕਈ ਤਰ੍ਹਾਂ ਨਾਲ ਹੁੰਦੀ ਹੈ, ਜਿਸ ਤਰ੍ਹਾਂ ਹੁਣ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ SSPs ਨੇ ਸਪੈਸ਼ਲੀ ਸਪੋਰਟਸ ਪ੍ਰੋਗਰਾਮ ਸ਼ੁਰੂ ਕੀਤੇ ਹੋਏ ਆ,
यूथ की इनवॉल्वमेंट चाहिए है, पंचायत की इनवॉल्वमेंट चाहिए है, जेडे एक पर्टिकुलर एज ग्रुप तो आपां कैटेगराइज कर सकते हैं, उस तो थले उस तो उत्ते दे सारे दी इनवॉल्वमेंट चाहिए है। जेड़ा एक स्पेसिफिक केस है उसकी डिटेल्स जदों तक पूरी पता ना हो उसके बारे टिप्पणी नहीं दी जा सकती। मैं उही तदे कह रहा जी, वो लोकल जेड़े है ना उही दस सकते की सरकमस्टांसिस की इशू सीगे जा की उत्ते एह जा इशू आया है जिदे करके एक्शन लेना पिया, वो लोकल ही दस सकते। हाँ मैं ले सकता जी, ले लवांगा डिटेल। नहीं मैं जिदा तुहानू कहा जी, जदों तक केस दीआं डिटेल्स मैं लै लाँगा एस एस पी मानसा तो, जो भी फैक्ट्स होणगे शेयर किए जाणगे, क्योंकि वो अपने लैवल ते उन्होंने जो कोई डिसीजन लिया है उसका की रैशनल है उही दस सकदे आ। देखो साढ़े जिस तरह मैं अगे भी दसा सा एक तो स्पेशल जो विंग है एस टी एफ आ, एस टी एफ लैवल से तो असं इस लैवल तक मोनीटरिंग कर रहे हैं कि ईवन ड्रग्स के केसिस के कितनी रिकवरीज हुई हैं, प्लस हुण असीं जिहड़ा नवां एक होर शुरू किया कि डिफॉल्ट बेल्स कई बार हो जाती है जिदे 90 दिन का टाइम हों 180 दिन का टाइम हों जिदे कोर्ट च चलान प्रजेंट करना हों, सो उहदा भी असीं स्पैशल हुण एनालिसिस कर रहे हैं कि पिछले टाइम के कितनियां डिफॉल्ट बेल्स हुई हैं, जिहड़े कंसर्नड ऑफिसर्स आ उन्होंने खिलाफ़ की एक्शन लिया गया, जिथे एक्शन नहीं लिया गया हुण तक उत्थे असीं इंश्योर करांगे। डी जी पी साहब वालों हदायतां हैं बकायदा उन्हां वालों सारयां नूं एक सख्त हदायतां जाणगियां, एंड ओह ऐ नहीं कि कोई असी कोई जनरल गल कर रहे, केस बाय केस बेसिस असी एनालिसिस कर रहे हैं कि किहड़े केस च बेल हुई, क्यों बेल हुई, उस एरिए दा एस एच ओ कौन सीगा, डी एस पी कौन सीगा, उस एरिए दे एस एस पी सी पी कौन सीगे, और जिस जिस लैवल ते जिहदी जिहदी निगहली आ उस अनुसार उन्हां दे खिलाफ़ कार्रवाई जिहड़ी आ आरंभी जाएगी। इस केस में नहीं ये बारे मैं नहीं पता जी, तो जेड़े जेड़े कोई इन्वेस्टिगेशन कर रहे हैं ना उस केसिस की उही दस सकते हैं तुहानू, जां प्रिजन डिपार्टमेंट दस सकदा है। नहीं ये ये बहुत वधिया बाजवा जी, बहुत वधिया सुझाव आ, इस ते कर सकते हैं, ईवन असी एक नोडल ऑफिसर जिला लैवल दे उत्ते बना सकते हैं कि जिहड़ियां भी ड्रग्स रिलेटेड कंप्लेंट्स होण स्पैशली जिहड़ियां किसी के खिलाफ बाय नेम हुंदियां उन्हां नूं एक लैवल दे उत्ते वेरीफाई किया जाए, और जे अफसरां दे खिलाफ आउंदियां एस एच ओ डी एस पी दे खिलाफ आउंदियां तां मिनीमम एस पी लैवल ते उहदी इनकुआयरी उस चीज़ की वेरीफिकेशन होवे, सो इहनूं असीं करावांगे जी जरूर हर हाल दे विच। जी मुझे मेरे मुझे नहीं डिटेल्स पता जी, मैंने भी अभी देखा है, तो वो जो इन्वेस्टिगेशन कर रहे हैं वही शेयर कर सकते हैं। हाँ जी नहीं नहीं ये बारे मैं नहीं पता जी, अजय स्टेज पर कुछ भी कहना बड़ा जल्दबाजी होगी, वो तो अजय 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 स्टेज पर कोई डिसीजन की होंगे पता नहीं होंगे ये बारे में। देखो जर्नली जो जो लास्ट ईयर देखने आया सी अराउंड 244 के आसपास की फिगर सी, लास्ट ईयर जी फिगर सी 2022 की जी फिगर सी, सो जड़े कन्फिस्केट किए गए 22 तो लैके हुण तक पंजवें 5-7 22 तो कह लो फिगर असी पिक की है, वो 51 जड़े ने कन्फिस्केट किए गए हैं। 244 इज फिगर ऑफ 2022 टोटल ईयर की, सो इस साल अजे मेरे को एग्जैक्ट फिगर नहीं हैगी, बट साइटिंग्स प्रोबेबली पिछले साल नालों घट ने कंपैरेटिवली, सो एग्जैक्ट फिगर भी आ जाएगी अपने को, बट साल जिहड़ियां असीं कन्फिस्केट कीतियां अज तो लैके एक साल तक वो 51 ने टोटल जिहड़े ने। नहीं ये जे देखो साडियां टीम्स जिहड़ियां स्पैशलाइज्ड बनियां हुई हैं
ਜਿੱਦਾਂ ਏ ਜੀ ਟੀ ਐਫ ਨੇ, ਮੈਂ ਜਿੱਦਾਂ ਦੱਸਿਆ ਤੁਹਾਨੂੰ, ਉਹਨਾਂ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਕਰੀਬ ਏ ਜੀ ਟੀ ਐਫ ਨੇ 607 ਵੈਪਨ ਰਿਕਵਰ ਕੀਤੇ ਆ ਪਿਛਲੇ ਇੱਕ ਸਾਲ ਦੇ ਵਿੱਚ। ਸਿਮੀਲਰਲੀ ਜਿਹੜਾ ਸਾਡਾ ਇੰਟਰਨਲ ਸਿਕਿਉਰਿਟੀ ਵਿੰਗ ਆ ਜਿਹੜਾ ਐਂਟੀ ਟੈਰੋਰਿਸਟ ਫਰੰਟ 'ਤੇ ਕੰਮ ਕਰਦਾ, ਉਹਨਾਂ ਨੇ ਵੀ ਕਰੀਬ ਕਰੀਬ 31 ਰਾਈਫਲਸ ਅਤੇ 209 ਰਿਵੋਲਵਰਸ, ਯਾਨੀ 240 ਵੈਪਨ ਉਹਨਾਂ ਨੇ ਰਿਕਵਰ ਕੀਤੇ ਆ। ਸੋ ਪਿਛਲੇ, ਇਹ ਮੈਂ ਜ਼ਿਲ੍ਹਿਆਂ ਤੋਂ ਇਲਾਵਾ ਵੀ ਕਹਿ ਰਿਹਾ ਕਿ ਜਿਹੜੇ ਸਾਡੇ ਕਾਫੀ ਵੱਡੀ ਮਾਤਰਾ ਦੇ ਵਿੱਚ ਇਲੀਗਲ ਵੈਪਨਸ ਰਿਕਵਰ ਹੋਏ ਆ। ਸੋ ਇਹਦੇ ਖਿਲਾਫ਼ ਜਿਹੜੇ ਸਾਡੇ ਵਿੰਗ ਬਣੇ ਆ ਏ ਜੀ ਟੀ ਐਫ, ਜਿੱਦਾਂ ਤੁਸੀਂ ਦੇਖਿਆ ਜੀ ਪਿਛਲੇ ਕਾਫੀ ਟਾਈਮ ਤੋਂ ਪੰਜਾਬ ਦੇ ਵਿੱਚ ਗੈਂਗਸਟਰਸ ਦੇ ਫਰੰਟ ਤੋਂ ਆਪਾਂ ਗੱਲ ਕਰੀਏ ਤਾਂ ਕਾਫੀ ਸ਼ਾਂਤੀ ਆ। ਸੋ ਇਹ ਜਸਟ ਇਫੈਕਟਿਵਨੈਸ ਕਰਕੇ ਆ ਏ ਜੀ ਟੀ ਐਫ ਦੀ, ਔਰ ਉਹ ਲਗਾਤਾਰ ਲੱਗੇ ਹੋਏ ਆ, ਲਗਾਤਾਰ ਵੈਪਨਸ ਸੀਜ਼ ਹੋ ਰਹੇ ਆ, ਲਗਾਤਾਰ ਏ ਜੀ ਟੀ ਐਫ ਲੱਗੀ ਹੋਈ ਆ, ਲਗਾਤਾਰ ਇੰਟਰਨਲ ਸਿਕਿਉਰਿਟੀ ਵਿੰਗ, ਕਾਊਂਟਰ ਇੰਟੈਲੀਜੈਂਸ ਵਿੰਗ ਲੱਗਾ ਹੋਇਆ, ਇਹ ਇਨ ਐਡੀਸ਼ਨ ਟੂ ਡਿਸਟ੍ਰਿਕਟ ਪੁਲਿਸ ਆ ਜਿਹੜਾ ਮੈਂ ਕਹਿ ਰਿਹਾ। ਨਹੀਂ, ਉਸ ਤੋਂ ਪਹਿਲਾਂ ਵੀ ਕਾਫੀ ਘਟੀ ਹੈ ਜੀ ਐਕਟੀਵਿਟੀ, ਔਰ ਲੋਕ ਵੀ ਮਹਿਸੂਸ ਕਰਦੇ ਇਸ ਚੀਜ਼ ਨੂੰ। ਨਹੀਂ, ਉਹ ਦੇਖੋ ਬੀ ਐਸ ਐਫ ਨੇ ਆਪਣਾ ਸਿਸਟਮ ਅੱਗੇ ਨਾਲੋਂ ਸਟਰੈਂਥਨ ਕੀਤਾ ਹੈ ਸਟੇਟ ਗੌਰਮੈਂਟ ਦਾ। ਦੇਖੋ, ਸਟੇਟ ਗੌਰਮੈਂਟ ਦਾ ਰੋਲ ਜਿਹੜਾ ਹੈ ਉਹ ਸੈਕਿੰਡ ਲਾਈਨ ਆਫ ਡਿਫੈਂਸ ਤੋਂ ਸਟਾਰਟ ਹੁੰਦਾ ਹੈ, ਬਟ ਕੋਆਰਡੀਨੇਸ਼ਨ ਆਪਸ ਦੇ ਵਿੱਚ ਪੂਰਾ ਰਹਿੰਦਾ ਦੋਨੋਂ ਏਜੰਸੀਜ਼ ਦਾ। ਔਰ ਪਿਛਲੇ ਟਾਈਮ ਦੇ ਵਿੱਚ ਜਿਹੜੇ ਇੰਨੇ ਡਰੋਨ ਆ, ਜਿੰਨੇ 51 ਆ, ਇਹ 'ਚੋਂ ਮੋਸਟਲੀ ਹੁਣ ਜਿਹੜੇ ਨੇ ਕਨਫਿਸਕੇਟ ਹੋਏ ਆ ਪਿਛਲੇ ਕੁਝ ਸਮੇਂ ਦੇ ਦੌਰਾਨ ਹੀ। ਸੋ ਇਹਦੇ 'ਤੇ ਸਰਵੇਲੈਂਸ ਆ, ਟੈਕਨੀਕਲ ਜਿਹੜੀ ਤੁਸੀਂ ਕਹਿ ਲਓ ਕਿ ਕੈਪੇਬਿਲਿਟੀ ਆ, ਵੱਧ ਰਹੀ ਆ ਡੇ ਬਾਏ ਡੇ, ਔਰ ਇਹਦੇ 'ਚ ਹੋਰ ਤੁਹਾਨੂੰ ਮਿਲੇਗੀ ਉਪਲਬਧੀ ਫਰਦਰ ਵੀ ਅੱਗੇ ਇਸ ਕੇਸ ਦੇ ਵਿੱਚ। वो हमने फोरेंसिक के लिए लिखो, हमने एक ऑफिसर्स की टीम बनाई है, ऑफिसर्स ने काफ़ी जगह पे विजिट किया था टू स्ट्रेंथन दिस टेक्नोलॉजी। उसमें जो इन्वेस्टिगेशन वाला पार्ट है उसमें हम काफ़ी कैपेबल हो गए हैं, उसमें कि ड्रोन जब कन्फिस्केट हो जाता है उसके बाद जो इन्वेस्टिगेशन है उस पर काफ़ी हमें कहाँ से लॉन्च हुआ, कहाँ पर लैंड हुआ, ये चीज़ें हमें अब मतलब कुछ कुछ पता चल रही हैं। लेकिन डिटेक्ट करने वाला जो पार्ट है उस पर अभी और काम चल रहा है उस पार्ट। ਉਹਦਾ ਸਟੇਟਸ ਦੇਖੋ, ਉਹ ਤਾਂ ਜਿਹੜੇ ਔਫਿਸਰ ਇਨਵੈਸਟੀਗੇਟ ਕਰ ਰਹੇ ਉਹਨਾਂ ਨੂੰ ਜ਼ਿਆਦਾ ਪਤਾ ਹੋਏਗਾ, ਬਟ ਜੋ ਜੋ ਪ੍ਰੋਸੀਜਰਲ ਫਾਰਮੈਲਿਟੀਜ਼ ਇਨਵੈਸਟੀਗੇਸ਼ਨ ਦੇ ਵਿੱਚ ਜ਼ਰੂਰਤ ਹੁੰਦੀ ਆ